सरकार अगे मिन्नत तला किया मेरी मजबूरी कि मैनू इतों कढ़िया जाए सर मैं बहुत दुखी सी सर उ खाने को भी नहीं कुछ दिते भुखे रख दे ते की कह के तुहानू लै गए सीगे इत्थों कि कीड़ी जिहड़ी नौकरी आ कि उत्थे जिहड़ी नौकरी जिहड़ी आ कि तनखाह तुहाडे नाल कीती गई सी सर इत्थों कहिंदे सी 20,000 मिलू गल झूठ बोल के इत्थों लै गए कि होस्पिटल दी जॉब मिलू उत्थे गलत काम लई भेजदे सारे मजबूर कीता जांदा उहनां दी मैं कहिंदी जिद्दां मेरी मदद कीती सरकार उहनां दी मदद करे अज कल पंजाब दे लोकां दा ज़्यादा चा विदेशां वल जिहड़ा वा जांदा हो रिहा वा ते इस तरह चाहे आपां गल करिए यंग मुंडे कुड़ियां दी चाहे विआहे हुए जोड़ियां दी ओह विदेशां वल रुख कर रहे आ क्योंकि रोजी रोटी कमाण लई विदेशां वल जांदे आ पंजाब दे विच जे आपां गल करिए कम इन्ना ना होण करके इह जोड़े जिहड़े आ विदेशां वल जा रहे आ इस तरह साडे नाल अज परमिंदर राणी दे नां दी औरत जो कि पुर्तगाल दे विच जाके फस गई उन्हां नाल गलबात करांगे उन्हां दा उन्हां दे जे आपां गल करिए पति ओह वी इत्थे मौजूद आ ओह एक दिहाड़ीदार बंदे आ दिहाड़ी करदे आ सब तों पहले असीं परमिंदर राणी जी नाल गल करांगे उन्हां नूं पुछांगे किस तरह तुसीं तुहाडा मन किस तरह बनिया कि विदेश दे विच जाके मैं रवां जां कामकाज करां सर मेरी मजबूरी ही कि मैं किराए ते रहिंदी मैं सोचा ही चल अपना घर बार बनाऊंगी उहदी बेटी लई कुछ करूंगी लेकिन उत्थे तां गलत काम च यूज कीता जांदा ਤੁਸੀਂ ਕਿੱਦਾਂ ਇੱਥੋਂ ਕਿੱਦਾਂ ਸੰਪਰਕ ਹੋਇਆ ਕਿ ਏਜੰਟ ਰਾਹੀਂ ਤੁਸੀਂ ਗਏ ਕਿਸ ਤਰ੍ਹਾਂ ਹੋਇਆ ਹਾਂਜੀ ਸਰ ਮੇਰੇ ਮਾਮੀ ਮਾਮਾ ਜਿੱਦਾਂ ਏਜੰਟ ਆ ਤਾਂ ਉਹਨਾਂ ਨੇ ਮੈਨੂੰ ਭੇਜਿਆ ਉਹਨਾਂ ਨੇ ਝੂਠ ਬੋਲ ਕੇ ਭੇਜਿਆ ਕਿ ਤੂੰ ਹੋਸਪਿਟਲ ਦੀ ਜੋਬ ਆ ਅਤੇ ਉੱਥੇ ਗਲਤ ਕੰਮ 'ਚ ਮਜਬੂਰ ਕੀਤਾ ਜਾਂਦਾ ਕਰਨ ਅਤੇ ਪੁਰਤਗਾਲ ਦਾ ਕਿਹੜਾ ਸ਼ਹਿਰ ਸੀਗਾ ਜਿਹਦੇ ਜਿੱਥੇ ਤੁਸੀਂ ਪਹੁੰਚੇ ਸਰ ਮਾਸਕਟ ਓਮਾਨ ਅਤੇ ਕੀ ਕਹਿੰਦੇ ਕੀ ਹੁੰਦੇ ਸੀਗੇ ਕਿ ਜਿਸ ਤਰ੍ਹਾਂ ਕਿਹੜੇ ਮਹੀਨੇ ਤੁਸੀਂ ਗਏ ਕਿਸ ਤਰ੍ਹਾਂ ਸਾਰਾ ਹੋਇਆ ਸਾਡੇ ਦਰਸ਼ਕਾਂ ਨੂੰ ਦੱਸੋ ਸਰ ਮੈਂ ਜੈਸੇ 16 ਨੂੰ ਗਈ ਸੀ ਉੱਥੇ ਮਜਬੂਰ ਕੀਤਾ ਜਾਂਦਾ ਉੱਥੇ ਕੈਦ ਕਰਦੇ ਕੋਈ ਖਾਣ ਨੂੰ ਵੀ ਨਹੀਂ ਦਿੰਦੇ ਅਤੇ ਉੱਥੇ ਮਾਰ ਪਿਟਾਈ ਜ਼ਿਆਦਾ ਕਰਦੇ ਅਤੇ ਕੀ ਕਹਿੰਦੇ ਕੀ ਸੀਗੇ ਤੁਹਾਨੂੰ ਤੁਸੀਂ ਦੇਖ ਰਹੇ ਹੋ ਕਿ ਅੱਖਾਂ ਦੇ ਵਿੱਚ ਜਿਹੜੇ ਆ ਆਸੂ ਜਿਹੜੇ ਆ ਉਹ ਝਲਕ ਰਹੇ ਆ ਕਿਉਂਕਿ ਜੇ ਆਪਾਂ ਏਜੰਟਾਂ ਦੀ ਗੱਲ ਕਰੀਏ ਉਹ ਭੋਲੇ ਭਾਲੇ ਬੰਦਿਆਂ ਨੂੰ ਗਰੀਬ ਬੰਦਿਆਂ ਨੂੰ ਫਸਾ ਕੇ ਵਿਦੇਸ਼ ਦੇ ਵਿੱਚ ਭੇਜਦੇ ਆ ਫਿਰ ਉੱਥੇ ਜਿਹੜੇ ਆ ਗੈਰ ਕਾਨੂੰਨੀ ਜਿਹੜੇ ਕੰਮ ਕੀਤੇ ਜਾਂਦੇ ਆ ਜਿਸ ਤਰ੍ਹਾਂ ਪਰਮਿੰਦਰ ਰਾਣੀ ਨੇ ਸਾਨੂੰ ਦੱਸਿਆ ਕਿ ਮੈਨੂੰ ਉੱਥੇ ਭੇਜਿਆ ਗਿਆ ਉੱਥੇ ਮਾਰਗ ਦੇ ਕੁੱਟਦੇ ਸੀਗੇ ਅਤੇ ਹੋਰ ਵੀ ਗੱਲਬਾਤ ਕਰਾਂਗੇ ਤੁਸੀਂ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਆ ਹੌਸਲਾ ਰੱਖੋ ਅਤੇ ਰੋਵੋ ਨਾ ਤੁਸੀਂ ਹੋਰ ਦੱਸੋ ਕਿ ਤੁਹਾਡੀ ਸਰਕਾਰ ਤੱਕ ਜਿਹੜੀ ਗੱਲ ਪਹੁੰਚ ਸਕੇ ਕਿ ਜੋ ਇੱਥੇ ਦੀਆਂ ਜਿਹੜੀਆਂ ਸਰਕਾਰਾਂ ਵਾ ਤੁਹਾਡੀਆਂ ਮਦਦ ਕਰ ਸਕਣ ਕਿਉਂਕਿ ਏਜੰਟ ਜੋ ਕਰ ਰਹੇ ਆ ਧੋਖਾ ਦੇ ਰਹੇ ਆ ਖਾਸ ਕਰਕੇ ਔਰਤਾਂ ਨੂੰ ਧੋਖਾ ਦੇ ਰਹੇ ਆ ਕਿ ਔਰਤਾਂ ਜਿਹੜੀਆਂ ਵਾ ਉੱਥੇ ਜਾ ਕੇ ਆਪਣੀ ਮਿਹਨਤ ਕਰਨ ਮਜ਼ਦੂਰੀ ਕਰਨ ਪਰ ਗਲਤ ਕੰਮਾਂ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅਤੇ ਤੁਸੀਂ ਆਪਣੀ ਸਰਕਾਰ ਅੱਗੇ ਗੱਲ ਰੱਖੋ ਸਾਡੇ ਚੈਨਲ ਮਾਧਿਅਮ ਰਾਹੀਂ ਸਰ ਮੈਂ ਕਹਿੰਦੀ ਹਾਂ ਕਿ ਜਿੱਦਾਂ ਮੈਂ ਹੀ ਉਹਨਾਂ ਦੀ ਮਦਦ ਕੀਤੀ ਜਾਵੇ ਸਰ ਉਹ ਬਹੁਤ ਮਜਬੂਰ ਆ ਰੋਂਦੀਆਂ ਵਿਚਾਰੀਆਂ ਅਤੇ ਕਿੰਨੀਆਂ ਕੁ ਜਿਹੜੀਆਂ ਵਾ ਹੋਰ ਜਿਹੜੀਆਂ ਉਹ ਲੇਡੀਜ਼ ਆ ਕਿੰਨੀਆਂ ਕੁ ਉੱਥੇ ਸਰ 25-30 ਕੁੜੀਆਂ ਇੰਡੀਆ ਦੀਆਂ ਮੈਂ ਕਹਿੰਦੀ ਜਿੱਦਾਂ ਮੈਂ ਇੱਥੇ ਆਈ ਉਹ ਵੀ ਆਪਣੇ ਘਰ ਜਾਣ ਆਪਣੇ ਬੱਚਿਆਂ 'ਚ ਜਾਣ ਅਤੇ ਉੱਥੇ ਕਿਸ ਤਰ੍ਹਾਂ ਜਿੱਦਾਂ ਤੁਸੀਂ ਕੁੜੀਆਂ ਦੀ ਗੱਲ ਕਰਤੀ ਕਿੰਨੀ ਕੁ ਉਮਰ ਦੀਆਂ ਉਹ ਕੁੜੀਆਂ ਵਾ ਅਤੇ ਕਿੰਨੀ ਦੇਰ ਹੋ ਗਈ ਉੱਥੇ ਗਏ ਨੂੰ ਸਰ ਕਿਸੇ ਨੂੰ 2 ਮਹੀਨੇ ਹੋ ਗਏ ਕਿਸੇ ਨੂੰ 4 ਮਹੀਨੇ ਹੋ ਗਏ 20 ਤੋਂ 30 ਤੱਕ 40 ਤੱਕ ਇੱਦਾਂ ਫਸੀਆਂ ਹੋਈਆਂ ਵਿਚਾਰੀਆਂ ਸਰ ਜਾਂਦੀਆਂ ਤਾਂ ਮਜਬੂਰੀ ਕਰਨ ਲੇਕਿਨ ਉੱਥੇ ਗਲਤ ਕੰਮ ਲਈ ਮਜਬੂਰ ਕੀਤਾ ਜਾਂਦਾ ਅਤੇ ਹੁਣ ਤੁਸੀਂ ਕਿਸ ਤਰ੍ਹਾਂ ਵਾਪਸ ਆਏ ਕਿ ਕਿਹਨੂੰ ਗੁਹਾਰ ਕੀਤੀ ਕਿ ਤੁਹਾਨੂੰ ਇੱਥੇ ਜਿਹੜਾ ਵਾ ਲਿਆਂਦਾ ਗਿਆ ਸਰ ਸਰਕਾਰ ਅੱਗੇ ਮਿਹਨਤ ਤਰਲਾ ਕੀਤਾ ਮੇਰੀ ਮਜਬੂਰੀ ਕਿ ਮੈਨੂੰ ਇੱਥੋਂ ਕੱਢਿਆ ਜਾਵੇ ਸਰ ਮੈਂ ਬਹੁਤ ਦੁਖੀ ਸੀ ਸਰ ਉੱਥੇ ਖਾਣ ਨੂੰ ਵੀ ਨਹੀਂ ਕੁਛ ਦਿੱਤੇ ਭੁੱਖੇ ਰੱਖਦੇ ਸਰ ਮੈਨੂੰ ਪਤਾ ਜਿੱਦਾਂ ਮੈਂ ਉੱਥੇ 2 ਮਹੀਨੇ ਕੱਢੇ ਆਏ ਤੁਸੀਂ ਅੱਜ ਹੋ ਹਾਂਜੀ ਸਰ ਸੁਬਹਾ ਆਏ ਕਿਸ ਤਰ੍ਹਾਂ ਆਏ ਹੋ ਤੁਸੀਂ ਫਿਰ ਟਿਕਟ ਦੇ ਪੈਸੇ ਕਿਸ ਤਰ੍ਹਾਂ ਆਏ ਤੁਹਾਡੇ ਕੋਲੋਂ ਉਹ ਵੀ ਸਾਨੂੰ ਦੱਸੋ ਸਰ ਮੇਰੇ ਹਸਬੈਂਡ ਨੇ ਕੀਤੀ ਟਿਕਟ ਕਰਵਾਈ ਜੈਸੇ ਮੇਰੀ ਮਾਲਕ ਮਕਾਨ ਆ ਉਹਨੇ ਵਿਚਾਰੀ ਨੇ ਪੈਸੇ ਦਿੱਤੇ 12,000 ਉਹਨੇ ਟਿਕਟ ਮੇਰੀ ਕਰਵਾਈ ਜਿਸ ਤਰ੍ਹਾਂ ਸੁਣਨ 'ਚ ਆਉਂਦਾ ਕਿ ਵਿਦੇਸ਼ਾਂ ਦੇ ਵਿੱਚ ਜਦੋਂ ਇਹੋ ਜਿਹੀ ਜਗ੍ਹਾ 'ਤੇ ਔਰਤਾਂ ਜਾਂਦੀਆਂ ਉਹਨਾਂ ਦੇ ਪਾਸਪੋਰਟ ਜਿਹੜੇ ਆ ਰੱਖ ਲਿੱਤੇ ਜਾਂਦੇ ਆ ਜ਼ਬਤ ਕਰ ਲਿੱਤੇ ਜਾਂਦੇ ਆ ਪਾਸਪੋਰਟ ਵੀ ਰੱਖ ਲੈਂਦੇ ਫੋਨ ਵੀ ਫੜ ਲੈਂਦੇ ਆ ਕਮਰੇ 'ਚ ਬੰਦ ਰੱਖਦੇ ਨਾ ਬਾਹਰ ਜਾਣ ਦਿੰਦੇ ਨਾ ਇੱਧਰ ਉੱਧਰ ਜਾਣ ਦਿੰਦੇ
कमरे च लॉक ला के रख दे बस। तो की कह के तुहानू लै गए सीगे इत्थों कि कीड़ी जिहड़ी नौकरी आ कि उत्थे जिहड़ी नौकरी जिहड़ी आ कि तनखाह तुहाडे नाल कीती गई सीगी? सर इत्थों कहिंदे सी 20,000 मिलूगा, झूठ बोल के इत्थों लै गए कि होस्पिटल दी जॉब मिलू, उत्थे गलत काम लई भेजदे आ सारे। तो तुसी हौसला रखो, जिस तरह तुसी इत्थे आए हो, जिस तरह तुसी होर कुड़ियां दी गल कीती आ, मैं कहिंदी जिद्दां मैं ही उहनां दी मदद कीती जावे, बोर हुंदियां बेचारियां। मैं कहनी सरकार ने जिदा मेरी सुनी उन्होंने बेचारिया की सुनी, उन्होंने पैसे भरने वाले कोई नहीं, कभी 2 लाख मंगते कभी 3 लाख मंगते। कि शहर दिड़िया होर कुड़ियाँ कितने कितने नहीं आवा सर? तो नाल रही? हाँ जी सर, कट्ठे रेंदे ही ज़्यादा, जलंधर दियाँ अंबरसर दियाँ। ਕਿੰਨੀ ਕਿੰਨੀ ਦੇਰ ਹੋ ਗਈ ਉਹਨਾਂ ਨੂੰ ਗਏ ਨੂੰ? ਸਰ ਕਿਸੇ ਨੂੰ 2 ਮਹੀਨੇ ਹੋ ਗਏ, ਕਿਸੇ ਨੂੰ 3 ਮਹੀਨੇ ਹੋ ਗਏ, ਕਈਆਂ ਤਾਂ 6-6 ਮਹੀਨੇ ਵੀ ਹੋ ਗਏ ਬੈਠੀਆਂ ਨੂੰ। ਇਹ ਕਿਹੜਾ ਜਿਹੜਾ ਵਾ ਜੇ ਪੁਰਤਗਾਲ ਦਾ ਕਿਹੜਾ ਸ਼ਹਿਰ ਹੈ ਜਿੱਥੇ ਇੱਦਾਂ ਦੇ ਜਿਹੜੇ ਆ ਕੰਮ ਜਿਹੜੇ ਚੱਲ ਰਹੇ? ਸਰ ਮਾਸਕਟੋਮਾਨ ਮਜਬੂਰ ਕੀਤਾ ਜਾਂਦਾ ਉਹਨਾਂ ਦੀ। ਮੈਂ ਕਹਿੰਦੀ ਜਿੱਦਾਂ ਮੇਰੀ ਮਦਦ ਕੀਤੀ ਸਰਕਾਰ, ਉਹਨਾਂ ਦੀ ਵੀ ਮਦਦ ਕਰੇ। ਹੱਥ ਜੋੜ ਕੇ ਬੇਨਤੀ ਕਰਦੀ ਉਹਨਾਂ ਨੂੰ ਵੀ ਸਰਕਾਰ ਇੱਥੇ ਲਿਆਵੇ, ਬੱਚਿਆਂ 'ਚ ਲਿਆਵੇ। ਅਤੇ ਕੋਈ ਤੁਸੀਂ ਰੋਵੋ ਨਾ, ਕੋਈ ਟਾਈਮ ਹੁੰਦਾ ਸੀਗਾ ਕਿ ਖਾਣਾ ਬਿਲਕੁਲ ਨਹੀਂ ਦਿੰਦੇ ਸੀ, ਕਿੱਦਾਂ ਥੋੜ੍ਹਾ ਜਿਹਾ ਦੱਸੋ? ਸਰ ਕੁਛ ਵੀ ਨਹੀਂ ਦਿੰਦੇ, ਇੱਕੋ ਟਾਈਮ ਚੌਲ ਦਿੰਦੇ ਸੀ ਬਸ, ਅਤੇ ਭੁੱਖੇ 'ਤੇ ਆਏ ਰਹਿਣਾ ਪੈਂਦਾ ਸੀ ਸਰ। ਬੜੇ ਔਖੇ ਦਿਨ ਸਰ ਨਿਕਲਦੇ, ਮੈਂ ਕਹਿੰਦੀ ਜਿੱਦਾਂ ਮੈਂ ਆਈ ਉਹ ਵੀ ਆ ਜਾਣ। ਤੁਸੀਂ ਦੇਖਿਆ ਇਹ ਪਰਮਿੰਦਰ ਰਾਣੀ ਜਿਨ੍ਹਾਂ ਦਾ ਰੋ ਰੋ ਕੇ ਬੁਰਾ ਹਾਲ ਹੈ, ਪਰ ਰੱਬ ਨੇ ਚਾਹਿਆ ਅਤੇ ਉਹ ਇੱਥੇ ਆਪਣੇ ਘਰ ਜਿਹੜੇ ਪਹੁੰਚ ਚੁੱਕੇ ਆ, ਪਰ ਗਰੀਬੀ 'ਚ ਰਹਿ ਰਹੇ ਆ। ਗਰੀਬੀ ਦੂਰ ਕਰਨ ਲਈ ਉਹ ਵਿਦੇਸ਼ ਜੇ ਆਪਾਂ ਗੱਲ ਕਰੀਏ ਉੱਥੇ ਗਏ ਸੀਗੇ, ਅਤੇ ਪਰ ਕੁਛ ਗਲਤ ਏਜੰਟਾਂ ਨੇ ਜਿਸ ਤਰ੍ਹਾਂ ਫਸਾ ਕੇ ਉੱਥੇ ਗਲਤ ਕੰਮ ਲਈ ਉਕਸਾਇਆ। ਉਹਨਾਂ ਦੇ ਹਸਬੈਂਡ ਵੀ ਆ, ਪਤੀ ਵੀ ਨਾਲ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਤੁਸੀਂ ਕੀ ਕਹਿਣਾ ਚਾਹੋਗੇ ਕਿ ਤੁਹਾਡੀ ਪਤੀ ਜਿਹੜੀ ਆ ਉਹ ਸਹੀ ਸਲਾਮਤ ਇੱਥੇ ਘਰ ਦੇ ਵਿੱਚ ਆਏ ਆ, ਕਿ ਤੁਹਾਡਾ ਅਹਿਮ ਰੋਲ ਰਿਹਾ ਤੁਸੀਂ ਇੱਥੇ ਲੈ ਕੇ ਆਏ ਹੋ? ਸਰ ਮੈਂ ਬਹੁਤ ਕੋਸ਼ਿਸ਼ ਕੀਤੀ ਆ, ਮੈਂ ਪੁਲਿਸ ਕੇਸ ਕੀਤਾ ਸੀਗਾ ਉਹਨਾਂ 'ਤੇ, ਆਪਣੇ ਮਾਮਾ ਮਾਮੀ 'ਤੇ, ਅਤੇ ਉਹਨਾਂ ਨੇ ਗਾਂਹ ਏਜੰਟ ਨੂੰ ਧਮਕੀਆਂ ਦਿੱਤੀਆਂ। ਪੁਲਿਸ ਨੇ ਮੇਰੀ ਬਹੁਤ ਮਦਦ ਕੀਤੀ, ਸਰਕਾਰ ਨੇ ਵੀ ਮਦਦ ਕੀਤੀ ਮੇਰੀ, ਅਤੇ ਇਸ ਕਰਕੇ ਮੈਂ ਆਪਣੀ ਘਰਦੀ ਨੂੰ ਇੱਥੇ ਬੁਲਾ ਚੁੱਕਿਆ ਵਾਂ। ਬਹੁਤ ਮੈਂ ਕੋਸ਼ਿਸ਼ ਕੀਤੀ ਆ ਵੈਸੇ, ਜਿੱਦਾਂ ਮੈਂ ਕਰਾ ਕੇ ਪੈਸੇ ਵਿਆਜੀ ਚੱਕ ਚੁੱਕ ਕੇ ਕੁਛ ਵੀ ਕਰਕੇ ਇਹਨਾਂ ਨੂੰ ਬਾਹਰ ਘੱਲਿਆ ਸੀਗਾ, ਅਤੇ ਮੇਰੇ ਇਹਨਾਂ ਨੇ ਮੇਰੇ ਨਾਲ ਉੱਧਰ ਜਾ ਕੇ ਧੋਖਾ ਕੀਤਾ। ਖੁਦ ਮੇਰੇ ਮਾਮਾ ਮਾਮੀ ਆ, ਉਹਨਾਂ 'ਤੇ ਮੈਂ ਕਾਨੂੰਨੀ ਕਾਰਵਾਈ ਕਰਨਾ ਚਾਹੁੰਦਾ। ਜਿੰਨੀ 70,000 ਰੁਪਇਆ ਲੈ ਕੇ ਇਹਨੂੰ ਬਾਹਰ ਘੱਲਿਆ ਵਾ, 3 ਲੱਖ ਦੀ ਮੇਰੇ ਤੋਂ ਮੰਗ ਕਰਦੇ ਪਏ ਇਸ ਟਾਈਮ ਉਹ, ਅਤੇ ਧਮਕੀਆਂ ਵੀ ਦਿੰਦੇ ਉਲਟਾ ਤੂੰ ਜੋ ਮਰਜ਼ੀ ਕਰ ਲਾ। ਪਰ ਮੇਰੇ ਮਹਾਰਾਜ ਨੇ ਮੇਰੀ ਕੋਸ਼ਿਸ਼ ਕਰਤੀ ਆ ਵੀ ਮੈਂ ਆਪਣੀ ਘਰਦੀ ਨੂੰ ਸਹੀ ਸਲਾਮਤ ਇੱਥੇ ਬੁਲਾ ਚੁੱਕਿਆ ਵਾਂ। ਜਿੱਦਾਂ ਤੁਹਾਡੀ ਘਰ ਦੀ ਬਾਹਰ ਗਈ, ਜਿੱਥੋਂ ਤੁਸੀਂ ਆਪਣੇ ਮਾਮਾ ਮੰਮੀ ਦੀ ਗੱਲ ਕਰ ਰਹੇ ਹੋ, ਉਹ ਮਾਮਾ ਮੰਮੀ ਏਜੰਟ ਆ? ਨਹੀਂ ਜੀ, ਉਹਨਾਂ ਨਾਲ ਕੇਰਲਾ ਦਾ ਏਜੰਟ ਇੱਕ ਮਿਲਿਆ ਹੋਇਆ ਵਾ, ਉਹਦੇ ਨਾਲ ਸਾਰੀ ਗੱਲਬਾਤ ਕਰਦੇ ਆ। ਇਹਨਾਂ ਦਾ ਕੋਈ ਰੋਲ ਨਹੀਂ ਗਾ, ਇਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਬਾਹਰ ਕੁੜੀਆਂ ਘੱਲਦੇ। ਚਲੋ ਅਸੀਂ ਕਿਹਾ ਕੋਈ ਗੱਲ ਨਹੀਂ, ਸਾਡੇ ਰਿਸ਼ਤੇਦਾਰਾਂ ਅਸੀਂ ਘੱਲ ਦਿੰਦੇ ਹਾਂ, ਪਰ ਇਹਨਾਂ ਨੇ ਸਾਨੂੰ ਪਤਾ ਸੀਗਾ ਮੇਰੀ ਘਰ ਦੀ ਨਾਲ ਜਾ ਕੇ ਆਹ ਹਾਲਾਤ ਹੋਣਗੇ ਉੱਧਰ ਜਾ ਕੇ। ਇਹਨੇ ਮੈਨੂੰ 1.5 ਮਹੀਨੇ ਬਾਅਦ ਦੱਸਿਆ ਮੇਰੇ ਨਾਲ ਇੱਦਾਂ ਇੱਦਾਂ ਕਰਕੇ ਮੈਨੂੰ ਕਹਿ ਰਹੇ ਆ। ਫਿਰ ਮੇਰੀ ਮਾਮੀ ਨੇ ਇਹਨੂੰ ਖੁਦ ਕਿਹਾ ਵਾ ਵੀ ਜੇ ਤੇਰੇ ਤੋਂ ਨਹੀਂ ਪੈਸੇ ਦੇ ਹੁੰਦੇ ਤੂੰ ਗਲਤ ਕੰਮ ਕਰੀ ਜਾ, ਗਲਤ ਕੰਮ ਕਰਕੇ ਪੈਸੇ ਦੇ ਦੇ। ਫਿਰ ਮੈਂ ਸਰਕਾਰ ਤੱਕ ਪਹੁੰਚਿਆ ਸਰ, ਫਿਰ ਮੈਂ ਇਹਨਾਂ ਨੂੰ ਇੱਥੇ ਇੰਡੀਆ ਬੁਲਾਇਆ, ਏਜੰਟ 'ਤੇ ਕਾਨੂੰਨੀ ਕਾਰਵਾਈ ਕੀਤੀ ਆ, ਏਜੰਟ ਨੂੰ ਪੁਲਿਸ ਦੀਆਂ ਧਮਕੀਆਂ ਦਾਈਆਂ, ਫਿਰ ਕਿਤੇ ਉਹਨਾਂ ਨੇ ਇੰਡੀਆ ਨੂੰ ਘੱਲਿਆ ਵਾ। ਅਜੇ ਤੱਕ ਵੀ ਨਹੀਂ ਸਰ ਉਹ ਮੇਰੀ ਗੱਲ ਸੁਣ ਰਹੇ ਸੀਗੇ, ਅੱਜ ਹੀ ਉਹਨਾਂ ਨੂੰ ਲੈ ਕੇ ਆਏ ਇੰਡੀਆ ਅਸੀਂ। ਇਹ ਸੀਗੇ ਪਰਮਿੰਦਰ ਰਾਣੀ ਦੇ ਘਰ ਵਾਲੇ, ਜਿਨ੍ਹਾਂ ਦਾ ਇਹ ਕਹਿਣਾ ਕਿ ਅੱਜ ਹੀ ਜਿਹੜੇ ਆ ਮਾਸਕਟ ਤੋਂ ਆਪਣੀ ਜਿਹੜੀ ਆ ਧਰਮ ਪਤਨੀ ਨੂੰ ਲੈ ਕੇ ਇੱਥੇ ਪਹੁੰਚੇ ਆ। ਇਹਨਾਂ ਦੀ ਗੁਹਾਰ ਇਹੀ ਆ ਕਿ ਜਿਸ ਤਰ੍ਹਾਂ ਮੈਂ ਇੱਥੇ ਆਈ ਹਾਂ ਅਤੇ ਸਰਕਾਰ ਮਦਦ ਕਰੇ, ਹੋਰ ਵੀ ਜਿਹੜੀ ਆ ਪਰਿਵਾਰਾਂ ਦੀਆਂ ਧੀਆਂ ਉਹ ਉੱਥੇ ਮੌਜੂਦ ਆ, ਜਿਹੜੀਆਂ ਫਸੀਆਂ ਹੋਈਆਂ ਵਾਂ, ਜਿਹੜੀਆਂ ਕਿ ਇੱਥੋਂ ਕੰਮ ਕਰਨ ਲਈ ਜਾਂਦੀਆਂ ਵਾਂ, ਪਰ ਉੱਥੇ ਉਹਨਾਂ ਨੂੰ ਕਮਰੇ 'ਚ ਬੰਦ ਕਰ ਦਿੱਤਾ ਜਾਂਦਾ ਹੈ, ਅਤੇ ਇੱਕ ਟਾਈਮ ਦੀ ਜਿਹੜੀ ਆ ਉਹੀ ਰੋਟੀ ਦਿੱਤੀ ਜਾਂਦੀ ਹੈ, ਪਾਸਪੋਰਟ ਤੱਕ ਜਿਹੜੇ ਖੋਹ ਲਿੱਤੇ ਜਾਂਦੇ ਆ। ਹੁਣ ਦੇਖਣਾ ਇਹ ਹੋਵੇਗਾ ਕਿ ਜਿਹੜੇ ਪਰਮਿੰਦਰ ਰਾਣੀ ਜੀ ਨੇ ਦੱਸਿਆ ਕਿ ਮੈਂ ਇੱਥੇ ਪਹੁੰਚੀ ਹਾਂ, 25-26 ਕੁੜੀਆਂ ਜਿਹੜੀਆਂ ਹੋਰ ਉੱਥੇ ਮੌਜੂਦ ਆ ਉਹ ਉੱਥੇ ਫਸੀਆਂ ਹੋਈਆਂ ਵਾਂ, ਅਤੇ ਹੁਣ ਸਰਕਾਰ ਅਤੇ ਕਦੋਂ ਤੱਕ ਇਹਨਾਂ ਦੀ ਮਦਦ ਕਰਦੀ ਆ, ਅਤੇ ਹੋਰ ਜਿਹੜੀਆਂ 25-26 ਜਿਹੜੀਆਂ ਕੁੜੀਆਂ ਪੰਜਾਬ ਦੀਆਂ ਉੱਥੇ ਫਸੀਆਂ ਹੋਈਆਂ ਉਹਨਾਂ ਨੂੰ ਲਿਆਉਣ ਦੇ ਵਿੱਚ ਕਿੰਨੀ ਕੁ ਜਲਦੀ ਜਿਹੜੀ ਆ ਸਰਕਾਰ ਦਿਖਾਉਂਦੀ ਆ? ਕੈਮਰਾਮੈਨ ਰਜਿੰਦਰ ਰਾਜੂ ਦੇ ਨਾਲ ਗਗਨ ਬਹਿਲ ਦੀ ਰਿਪੋਰਟ, ਲਿਵਿੰਗ ਇੰਡੀਆ ਨਿਊਜ਼।